ਕਾਫੀਆਂ ਸ਼ਾਹ ਹੁਸੈਨ ਕਿਸ ਸੁਦਨਹਾਰ ਦੀ ਲਿਖਤ ਹੈ ਇਹ ਲਿਖਤ ਮੁਹੰਮਦ ਆਸਫ ਖਾਨ ਦੀ ਹੈ ਕਾਫੀ ਦਾ ਮੋਢੀ ਸ਼ਾਇਰ ਕਿਸ ਨੂੰ ਆਖਿਆ ਜਾਂਦਾ ਹੈ ਕਾਫੀ ਦਾ ਮੋਢੀ ਸ਼ਾਇਰ ਸ਼ਾਹ ਹੁਸੈਨ ਨੂੰ ਆਖਿਆ ਜਾਂਦਾ ਹੈ ਮਾਦੂ ਕੌਣ ਸੀ ਸ਼ਾਹ ਹੁਸੈਨ ਕਿਸ ਵਜ੍ਹਾ ਤੋਂ ਉਸ ਨਾਲ ਪਿਆਰ ਕਰਦੇ ਸਨ ਉਹਦੀ ਵਜ੍ਹਾ ਨਾਲ ਸਾਰਾ ਖਾਨਦਾਨ ਮੁਸਲਮਾਨ ਹੋਣਾ ਸੀ ਐਸ ਲਈ ਉਹਦੇ ਨਾਲ ਮੁਹੱਬਤ ਸੀ ਤੇ ਉਹ ਇੱਕ ਹਿੰਦੂ ਬ੍ਰਾਹਮਣ ਫੈਮਲੀ ਦਾ ਮੁੰਡਾ ਸੀ ਸ਼ਾਹ ਹੁਸੈਨ ਦਾ ਅਸਲ ਨਾਮ ਕੀ ਸੀ ਉਹ ਕਦੋਂ ਪੈਦਾ ਹੋਏ ਸ਼ਾਹ ਹੁਸੈਨ ਦਾ ਅਸਲ ਨਾਮ ਹੁਸੈਨ ਸੀ ਤੇ ਉਹ 1538 ਈਸਵੀ ਨੂੰ ਪੈਦਾ ਹੋਏ ਸ਼ਾਹ ਹੁਸੈਨ ਦੇ ਪਿਓ ਤੇ ਦਾਦੇ ਦਾ ਕੀ ਨਾਮ ਸੀ ਸ਼ਾਹ ਹੁਸੈਨ ਦੇ ਪਿਓ ਦਾ ਨਾਮ ਮੁਹੰਮਦ ਉਸਮਾਨ ਤੇ ਦਾਦੇ ਦਾ ਨਾਮ ਕਲਜਸ ਰਾਏ ਸੀ ਸ਼ਾਹ ਹੁਸੈਨ ਜ਼ਾਦ ਦੇ ਕੌਣ ਸਨ ਤੇ ਕਿਸ ਦਾ ਕੰਮ ਕਰਦੇ ਸਨ ਸ਼ਾਹ ਹੁਸੈਨ ਜ਼ਾਦ ਦੇ ਜੁਲਾਈ ਸਨ ਤੇ ਕਪੜਾ ਬਣਾਉਣ ਦਾ ਕੰਮ ਕਰਦੇ ਸਨ ਸ਼ਾਹ ਹੁਸੈਨ ਕਿੱਥੇ ਪੈਦਾ ਹੋਏ ਸਨ ਸ਼ਾਹ ਹੁਸੈਨ ਟਕਸਾਲੀ ਦਰਵਾਜ਼ੇ ਲਾਹੌਰ ਵਿੱਚ ਪੈਦਾ ਹੋਏ ਸਨ ਸ਼ਾਹ ਹੁਸੈਨ ਲਾਹੌਰੀ ਆਪਣੇ ਆਪ ਨੂੰ ਕਿਹੜੇ ਕਿਹੜੇ ਨਾਂ ਲੈ ਕੇ ਬੁਲਾਉਂਦੇ ਸਨ ਉਹ ਆਪਣੇ ਆਪ ਨੂੰ ਜੁਲਾਹਾ ਹੁਸੈਨ ਹੁਸੈਨ ਫਕੀਰ ਹੁਸੈਨ ਨਿਮਾਣਾ ਤੇ ਸ਼ਾਹ ਹੁਸੈਨ ਨਾਂ ਲੈ ਕੇ ਬੁਲਾਉਂਦੇ ਸਨ ਸ਼ਾਹ ਹੁਸੈਨ ਦੇ ਉਸਤਾਦਾਂ ਦਾ ਕੀ ਨਾਂ ਸੀ ਪਹਿਲੋਂ ਮੁੱਢਲੀ تعلیم ਮੌਲਵੀ ਅਬੂ ਬਕਰ ਤੇ ਫਿਰ ਹਾਫਿਜ਼ ਸਾਦ ਕੋਲੋਂ ਤਫਸੀਰ ਮਦਾਰਕ ਦਾ ਇਲਮ ਹਾਸਲ ਕੀਤਾ ਸ਼ਾ ਹੁਸੈਨ ਦੇ ਮੁਰਸ਼ਿਦ ਦਾ ਕੀ ਨਾਂ ਸੀ ਤੇ ਉਹ ਕਿੱਥੋਂ ਦੇ ਰਹਿਣ ਵਾਲੇ ਸਨ ਉਹ ਜੰਗੜ ਸ਼ਾ ਬੈਲੋਲ ਪਿੰਡੀ ਵਟੀਆਂ ਦੇ ਰਹਿਣ ਵਾਲੇ ਸਨ ਤੇ ਆਪ ਦਾ ਨਾਂ ਸ਼ਾ ਬੈਲੋਲ ਤਰੀਆਈ ਸੀ ਮਲਕ ਅਲੀ ਤੇ ਦੁੱਲਾ ਭੱਟੀ ਕਿਸ ਕਬਰਸਤਾਨ ਵਿੱਚ ਦਫਨ ਨੇ ਮਲਕ ਅਲੀ ਤੇ ਦੁੱਲਾ ਭੱਟੀ ਮਿਆਣੀ ਸਾਹਿਬ ਦੇ ਕਬਰਸਤਾਨ ਵਿੱਚ ਦਫਨ ਨੇ ਸ਼ਹਿਜ਼ਾਦਾ ਸਲੀਮ ਜਹਾਂਗੀਰ ਨੇ ਕਿਸ ਨੂੰ ਸ਼ਾ ਹੁਸੈਨ ਦੇ احਵਾਲ ਲਿਖਣ ਤੇ ਲਾਇਆ ਤੇ ਉਸ ਦੀ ਲਿਖਤ ਦਾ ਕੀ ਨਾਂ ਸੀ ਸ਼ਹਿਜ਼ਾਦਾ सलीम ਨੇ ਬਖਾਰ ਖਾਨ ਨੂੰ ਆਪ ਦੀ ਜ਼ਿੰਦਗੀ ਦੇ احਵਾਲ ਲਿਖਣ ਲਈ ਆਖਿਆ ਤੇ ਆਪ ਦੀ ਕਿਤਾਬ ਦਾ ਨਾਂ ਰੋਜ਼ਨਾਮਚਾ ਬਹਾਰੀਆ ਸੀ ਕੌਣ ਮুরিਦ ਹੋਣ ਆਇਆ ਸੀ ਜਿਸ ਨੂੰ ਸ਼ਾ ਹੁਸੈਨ ਆਖਦੇ ਸਨ ਕਿ ਤੁਸੀਂ ਮੈਨੂੰ ਸ਼ਹਿਰ ਵਿੱਚ ਕਿਉਂ ਰਸਵਾ ਕਰਨਾ ਚਾਹੁੰਦੇ ਹੋ तु मुला काम थ नहीं उन्होंने ना अब्दुल हकीम खान सी जिसन शाह हुसैन ने मुरीद ना होनातुल हुन आरिफीन किस लिखत है जिस वि शाह हुसैन दे हालात बारे लिख्या है ये किताब दारुल शिकवा दिए दार शिकवा दारा शिकवा ਇਹ ਗੱਲਾਂ ਸ਼ਾਹ ਹੁਸੈਨ ਦੇ ਮਰਨ ਤੋਂ ਕਿੰਨੇ ਵਰਿਆਂ ਬਾਅਦ ਲਿਖੀਆਂ ਦਾਰਾ ਸ਼ਿਕਵਾ ਨੇ ਇਹ ਗੱਲਾਂ ਸ਼ਾਹ ਹੁਸੈਨ ਦੇ ਮਰਨ ਤੋਂ 54 ਵਰੇ ਬਾਅਦ ਲਿਖੀਆਂ ਹਕੀਕਤੁਲ ਫੁਕਰਾ ਮੁਤਾਬਕ ਮਾਦੂ ਕਿੰਨੇ ਵਰੇ ਦੀ ਉਮਰ ਵਿੱਚ ਸ਼ਾਹ ਹੁਸੈਨ ਨੂੰ ਮਿਲਿਆ ਆਪ ਦੀ ਉਮਰ ਕਿੰਨੀ ਸੀ ਉਦੋਂ ਯਾਰੀ ਕਿੰਨੇ ਸਾਲ ਰਹੀ ਮਾਧੂ 18 ਵਰਿਆਂ ਦਾ ਸੀ ਜਦੋਂ ਸ਼ਾਹ ਹੁਸੈਨ ਦੀ ਉਮਰ 56 ਵਰੇ ਸੀ ਉਦੋਂ ਇਹਨਾਂ ਦੀ ਯਾਰੀ ਹੋਈ ਤੇ ਇਹ ਯਾਰੀ 7 ਵਰੇ ਰਹੀ ਉਸ ਤੋਂ ਬਾਅਦ ਸ਼ਾਹ ਹੁਸੈਨ ਫੌਤ ਹੋ ਗਏ ਮਾਧੂ ਅਕਬਰ ਬਾਦਸ਼ਾਹ ਦੇ ਕਮਾਂਡਰ ਮਾਨ ਸਿੰਘ ਦੀ ਫੌਜ ਨਾਲ ਟਕਣ ਚਲਾ ਗਿਆ ਤੇ ਕਿੰਨੇ ਵਰਿਆਂ ਬਾਅਦ ਵਾਪਸ ਆਇਆ ਜਦੋਂ ਉਹਨਾਂ ਦੇ ਮੁਰਸ਼ਦ ਸ਼ਾਹ ਹੁਸੈਨ ਵਿਸਾਲ ਕਰ ਚੁਕੇ ਸਨ ਮਾਦੂ 13 ਸਾਲ ਬਾਅਦ ਵਾਪਸ ਆਇਆ ਤੇ ਉਹਨਾਂ ਦੇ ਮੁਰਸ਼ਿਦ ਵਿਸਾਲ ਕਰ ਚੁਕੇ ਸਨ ਸ਼ਾਹ ਹੁਸੈਨ ਬਾਗਬਾਨ ਪੁਰਾਤੋਂ ਪਹਿਲਾਂ ਕਿੱਥੇ ਦਫਨ ਸਨ ਤੇ ਕਿਉਂ ਉਹਨਾਂ ਨੂੰ ਦੁਬਾਰਾ ਇੱਥੇ ਦਫਨ ਕੀਤਾ ਗਿਆ ਸ਼ਾਹ ਹੁਸੈਨ ਪਹਿਲੋ ਦਰਿਆਏ ਰਾਵੀ ਦੇ किनारे दफन ਸਾਂ ਤੇ ਹੜ ਆਣ ਨਾਲ ਕਬਰ ਡਹਿ ਪਈ ਤੇ ਫਿਰ ਉਹਨਾਂ ਨੂੰ ਬਾਗਬਾਨਪੁਰਾ ਵਿੱਚ ਦਫਨ ਕੀਤਾ ਗਿਆ ਸ਼ਾਹ ਹੁਸੈਨ ਦੀ ਕਾਫੀ ਦੇ ਟੋਟੇ ਕਿਸ ਸਿੱਖਾਂ ਦੀ ਮੁਕੱਦਸ ਕਿਤਾਬ ਵਿੱਚ ਲਿਖੇ ਗਏ ਸਨ ਗੁਰੂ ਗੋਬਿੰਦ ਸਿੰਘ ਨੇ ਜਿਹੜੀ ਤਰਤੀਬ ਦਿੱਤੀ ਸੀ ਗੁਰੂ ਬਿਲਾਸ ਵਿੱਚ ਸ਼ਾਹ ਹੁਸੈਨ ਦੀ ਕਾਫੀ ਦੇ ਟੋਟੇ ਲਿਖੇ ਗਏ ਸਨ ਗੁਰੂ ਅਰਜਨ ਦੇਵ ਨੂੰ ਅੰਮ੍ਰਿਤਸਰ ਕੌਣ ਕੌਣ ਮਿਲਣ ਗਏ ਸਣ ਸ਼ਾਹ ਹੁਸੈਨ ਦੇ ਉਹ ਕਿਹੜੇ ਕਿਹੜੇ ਸਾਥੀ ਸਣ ਜਿਹੜੇ ਗੁਰੂ ਅਰਜਨ ਦੇਵ ਨੂੰ ਮਿਲਣ ਗਏ ਕਾਣਾ ਭਗਤ ਛੱਜੂ ਭਗਤ ਤੇ ਪੀਲੋ ਭਗਤ ਸ਼ਾਹ ਹੁਸੈਨ ਦੇ ਨਾਲ ਅੰਮ੍ਰਿਤਸਰ ਵਿੱਚ ਗੁਰੂ ਅਰਜਨ ਦੇਵ ਨੂੰ ਮਿਲਣ ਗਏ ਸਨ ਡਾਕਟਰ ਬਲੋਚ ਬੁੰਤਰ ਪਾਰੋਂ ਕਿਸ ਦੀਆਂ ਕਾਫੀਆਂ ਨੂੰ ਠੀਕ ਆਖਿਆ ਸ਼ਾਹ ਹੁਸੈਨ ਦੀਆਂ ਕਾਫੀਆਂ ਨੂੰ ਡਾਕਟਰ ਬਲੋਚ ਨੇ ਬੁੰਤਰ ਪਾਰੋਂ ਸਹੀ ਆਖਿਆ ਕਾਫੀ ਦਾ ਲਫ਼ਜ਼ ਕਿਸ ਤੋਂ ਨਿਕਲਿਆ ਹੈ ਕਾਫੀ ਕਾਫ ਤੋਂ ਨਿਕਲਿਆ ਹੈ ਜਿਸ ਦੇ ਮੈਨੀ ਗਾਰ ਜਾਂ ਕੂਏ ਦੇ ਨੇ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਕਿਸ ਦੇ ਕਲਾਮ ਦਾ ਨਮੂਨਾ ਏ ਇਹ ਸ਼ਾਹ ਹੁਸੈਨ ਦੇ ਕਲਾਮ ਦਾ ਨਮੂਨਾ ਏ ਮਾਏ ਨੀ ਮੈਂ ਕਿਨੂ ਆਖਾਂ ਦਰਦ ਵਿਛੋੜੇ ਦਾ ਹਾਲ ਮਾਏ ਨੀ ਮੈਂ ਕਿਨੂ ਆਖਾਂ ਦਰਦ ਵਿਛੋੜੇ ਦਾ ਹਾਲ ਇਹ ਸ਼ਾਇਰੀ ਦੀ ਕਿਹੜੀ ਸਿਫ ਨਾਲ ਤੱਲਕ ਰੱਖਦੀ ਏ ਇਹ ਕਾਫੀ ਸਿਫ ਨਾਲ ਤੱਲਕ ਰੱਖਦੀ ਏ ਅੱਜ ਸਾਡਾ ਦੂਜਾ ਸਬਕ ਮੁਕੰਮਲ ਹੋਇਆ ਆਪਣੀ رائے ਦਾ ਇਜ਼ਹਾਰ ਵੀ ਕਰੋ ਤੇ ਸਾਡਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਜੇ ਸਾਡੀ ਹੌਸਲਾ ਫਜ਼ਾਈ ਹੋਵੇ ਤੇ ਅਸੀਂ ਤੁਹਾਡੇ ਲਈ ਹੋਰ ਨਵੀਂ ਵੀਡੀਓ ਲੈ ਕੇ ਆਈਏ